KKS ਮੀਡੀਆ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਨੇ ਦਵਿੰਦਰ ਸਿੰਘ ਬਰਮੀ ਜੀ, ਜੋ ਕਿ ਖਰੜ ਭਾਜਪਾ ਮੰਡਲ ਦੇ ਪ੍ਰਧਾਨ ਨੇ। ਇਹਨਾਂ ਨਾਲ ਅਸੀਂ ਗੱਲ ਕਰਾਂਗੇ 2019 ਦੀ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੀ ਪੋਜੀਸ਼ਨ ਹੈ ਉਸ ਬਾਰੇ। 5 ਸਾਲ ਵਿੱਚ ਜਿਹੜੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ, ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਤੁਹਾਨੂੰ ਲੱਗਦਾ ਕਿ NDA ਦੀ ਗੌਰਮੈਂਟ ਦੁਬਾਰਾ ਬਣੇਗੀ? ਬਿਲਕੁਲ, ਜਿਹੜੀ NDA ਦੀ ਗੌਰਮੈਂਟ ਹੈ ਉਹ ਦੁਬਾਰਾ ਬਣ ਜਾ ਰਹੀ ਹੈ, 'ਚ ਕੋਈ ਸ਼ੱਕ ਨਹੀਂ ਹੈਗੀ। ਔਰ 5 ਸਾਲ ਦੇ ਅੰਦਰ ਅਗਰ 5 ਸਾਲ ਦੀ ਅਚੀਵਮੈਂਟ ਦੀ ਮੈਂ ਗੱਲ ਕਰਾਂ, ਮੋਦੀ ਸਰਕਾਰ ਨੇ ਜਿਹੜਾ ਉਹ ਕਰਕੇ ਦਿਖਾਤਾ, ਜਿਹੜਾ ਵੀ ਸਾਡੀ ਪੁਰਾਣੀਆਂ ਸਰਕਾਰਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਵੀ ਕਾਂਗਰਸ ਨੇ 55 ਸਾਲਾਂ 'ਚ ਵੀ ਇਹ ਕੰਮ ਜਿਹੜਾ ਹੈ ਇਹ ਇਸ ਤਰ੍ਹਾਂ ਹੋ ਸਕਦਾ। ਅਗਰ ਮੈਂ ਗੱਲ ਕਰਾਂ ਕੱਟੜੇ ਤੋਂ ਲੱਗ ਕੇ ਸ਼੍ਰੀਨਗਰ ਤੱਕ ਦੀ ਇੱਕ ਜਿਹੜੀ ਰੇਲਵੇ ਲਾਈਨ ਹੈ, ਉਹ ਦੇਖੋ ਕਿੰਨਾ ਮੁਸ਼ਕਲ ਕੰਮ ਸੀਗਾ, ਫਿਰ ਵੀ ਇਹਨਾਂ ਨੇ ਬੜੀ ਹਿੰਮਤ ਨਾਲ ਸਾਰਾ ਫੰਡ ਅਰੇਂਜ ਕਰਕੇ ਬਣਵਾਇਆ। ਨੰਬਰ 2, ਅੱਜ ਸੜਕਾਂ ਦਾ ਜਾਲ, ਇੰਡੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਚੱਲ ਜਾਓ, 6 ਔਰ 4 ਲੇਨ ਜਿਹੜੇ ਸਾਡੇ ਹਾਈਵੇ ਬਣੇ ਪਏ ਆ, ਉਹਦੇ 'ਚ ਕੋਈ ਕਮੀ ਨਹੀਂ ਹੈਗੀ। ਜਿਹੜੇ ਮਰਜ਼ੀ ਏਰੀਏ ਚਲੋ, ਈਵਨ ਪੰਜਾਬ 'ਚ ਵੀ ਅਸੀਂ ਗੱਲ ਕਰਾਂ, ਜਿੱਥੇ ਮਰਜ਼ੀ ਚਲ ਜਾਓ, ਫਿਰੋਜ਼ਪੁਰ ਜਾਣਾ ਤੁਸੀਂ, ਅੱਜ ਬਠਿੰਡੇ ਨੂੰ ਜਾਣਾ, ਅੱਜ ਤੁਸੀਂ ਅੰਮ੍ਰਿਤਸਰ ਸਾਹਿਬ ਨੂੰ ਜਾਣਾ, ਕਿਤੇ ਵੀ ਜਾਣਾ, 4 ਲੇਨ 6 ਲੇਨ ਸਾਨੂੰ ਮਿਲ ਰਹੀ ਹੈ। ਔਰ ਜਿਹੜਾ ਸਮਾਂ 3 ਘੰਟੇ ਲੱਗਦੇ ਸੀ, ਅੱਜ ਸਾਡਾ ਅੱਧੇ ਟਾਈਮ 'ਚ 1.5 ਘੰਟੇ 'ਚ ਸਾਡਾ ਉਹ ਜਿਹੜਾ ਆ ਸਫ਼ਰ ਜਿਹੜਾ ਤੈਅ ਹੋ ਰਿਹਾ। ਔਰ ਅਗਰ ਮੈਂ ਗੱਲ ਕਰਾਂ ਦੇਸ਼ ਦੀ ਸੁਰੱਖਿਆ ਦੀ, 26/11 ਇੱਕ ਸਾਡੇ ਅਟੈਕ ਹੋਇਆ ਸੀਗਾ ਤਾਜ ਹੋਟਲ ਬੰਬਈ ਦੇ ਅੰਦਰ, ਉਹਦੇ ਵਿੱਚ ਸਾਡੇ ਤਕਰੀਬਨ 225 ਬੰਦੇ ਵਿੱਚੇ ਜਵਾਨ ਅਤੇ ਸਿਵਲੀਅਨ ਮਾਰੇ ਗਏ ਸੀਗੇ। ਇਹਨਾਂ ਨੇ ਕੁਛ ਨਹੀਂ ਕੀਤਾ, ਕਾਂਗਰਸ ਗੌਰਮੈਂਟ ਨੇ, ਉਸ ਮੌਜੂਦਾ ਗੌਰਮੈਂਟ ਨੇ ਸਿਰਫ ਇੱਕ UN ਨੂੰ ਚਿੱਠੀ ਲਿਖੀ ਵੀ ਹਾਏ ਤੋਬਾ ਵੀ ਸਾਨੂੰ ਬਚਾਓ ਵੀ ਸਾਡੇ 'ਤੇ ਆਹ ਕੰਮ ਜਿਹੜਾ ਹੋ ਗਿਆ ਉਹਦੇ। ਹੁਣ ਸੁਰੱਖਿਆ ਦੀ ਗੱਲ ਦੇ ਉੱਤੇ ਜੇ ਪੁਲਵਾਮਾ ਦੇ ਵਿੱਚ ਸਾਡੇ ਜਵਾਨਾਂ ਦੇ ਉੱਤੇ 42 ਜਵਾਨ ਸਾਡੇ ਸ਼ਹੀਦ ਹੋਏ ਨੇ ਵਿਦਇਨ 8 ਡੇਜ਼, ਉਹਦਾ ਜਿਹੜਾ ਬਦਲਾ ਮੋਦੀ ਸਾਹਿਬ ਨੇ 80 ਕਿਲੋਮੀਟਰ ਅੰਦਰ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਘੁਸ ਕੇ ਜਾ ਕੇ ਸਾਡੇ ਵੀਰ ਜਵਾਨਾਂ ਨੇ, ਏਅਰਫੋਰਸ ਦੇ ਜਿਹੜੇ ਜਵਾਨ ਸੀਗੇ, 12 ਏਅਰਕ੍ਰਾਫਟ ਸਾਡੇ ਗਏ, ਉਹਨਾਂ ਨੇ ਉੱਥੇ ਹਮਲਾ ਕਰਕੇ ਅਤੇ ਵਾਪਸ ਆਏ। ਇਹ ਬੜਾ ਰਿਸਕ ਸੀਗਾ, ਬੜਾ ਮੋਦੀ ਸਾਹਿਬ ਨੇ ਆਪਣਾ ਇੱਕ ਸਿਆਸੀ ਕੈਰੀਅਰ ਦਾਅ 'ਤੇ ਲਾ ਕੇ ਉਹ ਕੰਮ ਕੀਤਾ ਸੀਗਾ, ਕਿਉਂਕਿ ਜੇਕਰ ਇੱਕ ਵੀ ਪਾਇਲਟ ਸਾਡਾ, ਇੱਕ ਵੀ ਜਹਾਜ਼ ਉੱਥੇ ਰਹਿ ਜਾਂਦਾ ਜਾਂ ਫੜਿਆ ਜਾਂਦਾ ਜਾਂ ਕਰੈਸ਼ ਹੋ ਜਾਂਦਾ, ਤਾਂ ਜਨਤਾ ਨੂੰ ਜਵਾਬਦੇਹੀ ਸੀ ਪ੍ਰਧਾਨ ਸਾਹਿਬ ਨਰਿੰਦਰ ਮੋਦੀ ਜੀ ਦੀ। ਇਸ ਕਰਕੇ ਉਹਨਾਂ ਨੇ ਇਹ ਰਿਸਕ ਜਿਹੜਾ ਸੀ ਜ਼ਿੰਦਗੀ 'ਚ ਲਿਆ, ਕਿ ਜੋ ਕੰਮ ਉਹਨਾਂ ਕੋਲ ਹੌਂਸਲੇ ਨਹੀਂ ਸੀ ਪਿਛਲੀਆਂ ਸਰਕਾਰਾਂ ਕੋਲ ਵੀ ਇੱਦਾਂ ਜਾ ਕੇ ਕਰਨੇ, ਇਹ ਉਹਦਾ ਰਿਜ਼ਲਟ ਇਹ ਹੈ ਵੀ ਸਾਡਾ ਜੇ ਅਭਿਨੰਦਨ ਜਿਹੜਾ ਸਾਡਾ ਜਹਾਜ਼ ਕਰੈਸ਼ ਹੋ ਗਿਆ ਸੀਗਾ ਸਾਡੇ ਇੰਡੀਅਨ ਏਅਰ ਸਪੇਸ 'ਚ, ਲੇਕਿਨ ਹਵਾ ਦੇ ਵਹਾਵ ਨਾਲ ਉਹ ਪਾਕਿਸਤਾਨ ਦੇ ਵਿੱਚ ਉਹਨੇ ਪੈਰਾਸ਼ੂਟ ਰਾਹੀਂ ਉਤਰਿਆ, ਤਾਂ ਉਹ ਫੜਿਆ ਸੀ ਔਰ ਵਿਦਇਨ 48 ਆਵਰ ਜਿਹੜਾ ਪਾਕਿਸਤਾਨ ਨੂੰ ਸਾਨੂੰ ਵਾਪਸ ਕਰਨਾ ਪਿਆ। ਅੱਛਾ, ਹੁਣ ਅਸੀਂ ਜਿਸ ਤਰ੍ਹਾਂ ਆਪਾਂ ਅਨੰਦਪੁਰ ਸਾਹਿਬ ਦੇ ਹਲਕੇ ਦੀ ਗੱਲ ਕਰ ਲਈਏ, ਹੁਣ ਤੁਹਾਨੂੰ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਜਿਹੜਾ ਸਾਂਝਾ ਉਮੀਦਵਾਰ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਉਹ ਇਸ ਸੀਟ ਨੂੰ ਕੱਢ ਲੈਣਗੇ? ਦੂਜੇ ਪਾਸੇ ਜਿਸ ਤਰ੍ਹਾਂ ਹੁਣ ਕਾਂਗਰਸ ਨੇ ਆਪਣਾ ਸਟਾਲਵਾਰਡ ਮਨੀਸ਼ ਤਿਵਾਰੀ ਨੂੰ ਉੱਥੇ ਲਾਇਆ ਹੈ, ਇਸ ਨੂੰ ਦੇਖਦੇ ਹੋਏ ਤੁਹਾਨੂੰ ਲੱਗਦਾ ਕਿ ਮੁਕਾਬਲਾ ਕਾਫੀ ਰੋਚਕ ਹੋ ਗਿਆ ਜਾਂ ਚੰਦੂ ਮਾਜਰਾ ਜੀ ਆਸਾਨੀ ਨਾਲ ਇਹ ਸੀਟ ਕੱਢ ਲੈਣਗੇ? ਅਗਰ ਮੈਂ ਪਿਛਲੇ 5 ਸਾਲ ਦੀ ਅਚੀਵਮੈਂਟ ਦੀ ਗੱਲ ਕਰਾਂ, ਤਾਂ ਚੰਦੂ ਮਾਜਰਾ ਸਾਹਿਬ ਨੂੰ ਆਵਾਜ਼ੇ ਪੰਜਾਬ ਦਾ ਜਿਹੜਾ ਖਿਤਾਬ ਦਿੱਤਾ ਗਿਆ ਸੀਗਾ, ਫੈਮ ਇੰਡੀਆ ਦੀ ਜਿਹੜੀ ਇੱਕ ਸਰਵੇ ਦੇ ਵਿੱਚ ਵੀ ਉਹਨਾਂ ਨੇ ਜਿਹੜੇ 5,543 MP ਦੇ ਵਿੱਚੋਂ ਜਿਹੜੇ 25 MP ਸੀਗੇ, ਉਹਨਾਂ 'ਚੋਂ ਵੀ 5ਵਾਂ ਸਥਾਨ ਜਿਹੜਾ ਚੰਦੂ ਮਾਜਰੇ ਦਾ ਰਿਹਾ, ਉਹਨਾਂ ਦੀ ਅਚੀਵਮੈਂਟ ਜਾਣੀ ਪਾਰਲੀਮੈਂਟ 'ਚ 86% ਜਿਹੜੀ ਉਹਨਾਂ ਦੀ ਅਟੈਂਡੈਂਸ ਰਹੀ ਹੈ। ਔਰ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ, 10,000 ਕਰੋੜ ਰੁਪਇਆ ਜਿਹੜਾ ਸਿਰਫ ਆਪਣੇ ਹਲਕੇ ਦੇ ਵਾਸਤੇ ਜਿਹੜੀ ਸੜਕਾਂ, ਬਾਕੀ ਤਾਂ ਉਹਨਾਂ ਨੇ 50,000 ਕਰੋੜ ਲਿਆਂਦਾ, ਲੇਕਿਨ ਸਿਰਫ ਆਪਣੇ ਹਲਕੇ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਵਾਸਤੇ 10,000 ਕਰੋੜ ਰੁਪਏ ਦੀਆਂ ਸਰਕਲ ਨੈਟਵਰਕ, ਜਿਹੜਾ ਤੁਸੀਂ ਐਲੀਵੇਟਡ ਖਰੜ ਤੋਂ ਲੱਗ ਕੇ ਐਲੀਵੇਟਡ ਦੇਖ ਰਹੇ ਹੋ, ਇਹ ਪਲੱਸ ਕੁਰਾਲੀ ਦਾ ਬਾਈਪਾਸ, ਰੋਪੜ ਦਾ ਬਾਈਪਾਸ, ਔਰ ਰੋਪੜ ਤੋਂ ਲੱਗ ਕੇ ਜਿਹੜਾ ਅੱਜ ਜਲੰਧਰ ਤੱਕ ਦਾ ਜਿਹੜਾ ਹੈਗਾ ਪੂਰਾ ਬਾਈਪਾਸ ਜਿਹੜਾ ਹੈਗਾ ਆ, ਉਹ 4 ਲੇਨ ਜਿਹੜਾ ਹੋ ਰਿਹਾ, ਜਿਹਦੇ ਨਾਲ ਕਿ ਸਾਡਾ ਸਮਾਂ ਜਿਹੜਾ ਦਰਬਾਰ ਸਾਹਿਬ ਦਾ ਸਮਾਂ ਜਾਂਦੇ ਸ੍ਰੀ ਅੰਮ੍ਰਿਤਸਰ, ਇੱਥੋਂ ਅਸੀਂ ਜਾਂਦੇ ਸੀ ਬਾਈ ਕਾਰ ਜਾਂ ਬੱਸ 'ਚ ਵੀ ਜਾਂਦੇ ਸੀ, ਉਹ 6 ਘੰਟੇ ਲੱਗਦੇ ਸੀਗੇ, ਤਕਰੀਬਨ ਉਹ 3.5 ਔਰ 4 ਘੰਟੇ ਦੇ ਵਿੱਚ ਜਿਹੜਾ ਉਹ ਤੈਅ ਹੋਏਗਾ, 2 ਘੰਟੇ ਦਾ ਉੱਥੇ ਡਿਫਰੈਂਸ ਸਾਨੂੰ ਬਾਈ ਰੋਡ, ਅਗਰ ਰੋਡ ਵਿੱਚ ਵੀ ਜਾਂਦੇ ਤਾਂ ਵੀ 4 ਘੰਟੇ ਲੱਗਣਗੇ, ਹੁਣ ਪਹਿਲਾਂ ਜਿਹੜੇ 6 ਤੋਂ 7 ਘੰਟੇ ਲੱਗਦੇ ਸੀਗੇ। ਔਰ ਆਨੰਦ ਸਾਹਿਬ ਹਲਕੇ ਦੀ ਜਿਹੜੀ ਸੀਟ ਦੀ ਗੱਲ ਕਰਾਂ, ਇਹ ਠੀਕ ਹੈ, ਮੁਕਾਬਲਾ ਹੈਗਾ ਆ ਸਾਡਾ, ਇੰਨਾ ਔਖਾ ਮੁਕਾਬਲਾ ਨਹੀਂ ਹੈ, ਅਸੀਂ ਸੀਟ ਬੜੇ ਈਜ਼ੀਲੀ ਅਸੀਂ ਹੁਣ ਕੱਢਾਂਗੇ। ਵਜ੍ਹਾ ਇਹ ਹੈ ਕਿ ਉਹ ਜਿਹੜੇ ਮਨੀਸ਼ ਤਿਵਾਰੀ ਕਾਂਗਰਸ ਵੱਲੋਂ ਇੱਥੇ ਪੈਰਾਸ਼ੂਟ ਰਾਹੀਂ ਉਤਾਰੇ ਗਏ ਆ, ਉਹਨਾਂ ਦਾ ਕੋਈ ਵਜੂਦ ਨਹੀਂ ਹੈ ਇਸ ਹਲਕੇ ਦੇ ਵਿੱਚ, ਨਾ ਕਦੀ ਉਹ ਹਲਕੇ 'ਚ ਆਏ ਆ। ਅਗਰ ਮੈਂ ਉਹਨਾਂ ਨੂੰ ਪੁੱਛਣ ਮੈਂ ਕਿਸੇ ਪਿੰਡ ਦਾ ਨਾਂ ਜਾਂ ਪਿੰਡ ਕਿੱਥੇ ਪੈਂਦਾ, ਮੈਨੂੰ ਲੱਗਾ ਜੋਗ੍ਰਾਫਿਕਲੀ ਵੀ ਉਹ ਇਸ ਇਲਾਕੇ ਨੂੰ ਉਹ ਨਹੀਂ ਜਾਣਦੇ, ਅਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਾਂਗਰਸ ਕੋਲ ਤਾਂ ਕੋਈ ਬੰਦਾ ਹੈ ਨਹੀਂ, ਕਿਉਂਕਿ ਲੁਧਿਆਣੇ 'ਚੋਂ ਪਹਿਲਾਂ ਉਹਨਾਂ ਨੂੰ ਕੱਢਿਆ, ਚੰਡੀਗੜ੍ਹ 'ਚੋਂ ਕੱਢਿਆ, ਅਤੇ ਉਹਨਾਂ ਨੂੰ ਆਖਰ ਆ ਕੇ
आनंदपुर साहब जाके उन्होंने, क्योंकि उन्होंने पता सगा कांग्रेस में भी यह सीट सानू नहीं मिल सकती, तो उन्होंने यहोजा बंदा देता है खाना पूर्ति करने वाला उन्होंने काम किया। यह बिल्कुल पक्का आ चंदू प्रोफेसर प्रेम सिंह जी चंदूमाजरा भारतीय जनता पार्टी और अकाली दल के जिहड़े सांझे उम्मीदवार ने, यह बिल्कुल सीट जिहड़ी है यह साडी सेफ सीट है, इहनू जरूर असीं जितांगे और जित के नरेंद्र मोदी जी की झोली च असीं पावांगे और NDA सरकार बनाउण च पंजाब का हिस्सा भी असीं जरूर इच पाउण जा रहे हैं। परमी जी तुसीं ये भाजपा मंडल के प्रधान हो, भाजपा किस रूप च ये काम कर रही है तुहाडे प्रधान की हेठ? अगर मैं मंडल खरड़ की गल करा, मैनू 3 महीने होए आ मैं प्रधानगी जी है, मैं इतने इंचार्ज बनाया गया मंडल खरड़ का। पहला मैं जनरल सकत्र रहा, असी हर बूथ लैवल तक अपना इंचार्ज लाया हो, शक्ति केंद्र बनाए हुए ने, हर एक वार्ड वाइज साढ़े को लिस्टा ने, उन्होंने एक एक इंचार्ज के थले चार चार बंदे असी लाए ने, जेडे कि असी डोर टू डोर जाके सारे घर असी जी कंपेनिंग जी है वो शुरू कर जा रहे हैं।